ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਇਹ ਤਸਵੀਰਾਂ ਨੇ ਲੁਧਿਆਣੇ ਦੀਆਂ। ਹੱਥਾਂ 'ਚ ਫੁੱਲ ਲੈ ਕੇ ਅਤੇ ਤਖਤੀਆਂ ਫੜ ਕੇ ਖੜ੍ਹੇ ਨੇ ਲੋਕ, ਕਿਉਂਕਿ ਇਹਨਾਂ ਨੂੰ ਹੈ ਅਕਾਲੀ ਲੀਡਰ ਗੋਸ਼ਾ ਅਤੇ ਡੁਗਰੀ ਦਾ ਇੰਤਜ਼ਾਰ। ਲੁਧਿਆਣਾ ਸੈਂਟਰਲ ਜੇਲ੍ਹ ਦੇ ਬਾਹਰ ਕੁਛ ਇਸੇ ਤਰੀਕੇ ਦਾ ਮਾਹੌਲ ਸੀ, ਕਿਉਂਕਿ ਦੋਨੋਂ ਅਕਾਲੀ ਲੀਡਰ ਅੱਜ ਜ਼ਮਾਨਤ 'ਤੇ ਬਾਹਰ ਆ ਰਹੇ ਨੇ। ਤੁਹਾਨੂੰ ਦੱਸ ਦਈਏ, ਗੋਸ਼ਾ ਅਤੇ ਡੁਗਰੀ ਨੂੰ ਕੁਛ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਦੇ ਉੱਤੇ ਇਲਜ਼ਾਮ ਸੀ ਕਿ ਉਹਨਾਂ ਨੇ ਬੁੱਤ ਦੇ ਉੱਤੇ ਕਾਲਖ ਮਲ ਦਿੱਤੀ। ਇਸ ਇਲਜ਼ਾਮ 'ਚ ਉਹਨਾਂ ਨੂੰ ਅੰਦਰ ਭੇਜਿਆ ਗਿਆ ਸੀ। ਅੱਜ ਉਹਨਾਂ ਦੀ ਬੇਲ ਹੋਣ ਤੋਂ ਬਾਅਦ ਰਿਹਾਈ ਦਾ ਵੇਲਾ ਆ ਗਿਆ ਅਤੇ ਉਹਨਾਂ ਦੇ ਸਵਾਗਤ ਵਾਸਤੇ ਕੁਝ ਇਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਸੀ। ਜੇਲ੍ਹ ਤੋਂ ਬਾਹਰ ਆਏ ਦੋਨੋਂ ਲੀਡਰਾਂ ਨੇ ਜਦ ਬਾਹਰ ਸਮਰਥਕਾਂ ਨੂੰ ਦੇਖਿਆ ਤਾਂ ਇਸ ਤਰੀਕੇ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ। ਤੁਸੀਂ ਦੇਖ ਸਕਦੇ ਹੋ ਦੋਨੋਂ ਲੀਡਰ ਕਿਸ ਤਰੀਕੇ ਦੇ ਨਾਲ ਜੇਲ੍ਹ ਤੋਂ ਬਾਹਰ ਆਏ ਨੇ। ਫੁੱਲਾਂ ਨਾਲ ਹੋਏ ਸਵਾਗਤ ਨੂੰ ਦੇਖ ਕੇ ਇਹਨਾਂ 'ਚ ਹੋਰ ਵੀ ਜੋਸ਼ ਭਰ ਗਿਆ। ਗੋਸ਼ਾ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਉਸ ਦੇ ਨਾਲ ਧੱਕੇਸ਼ਾਹੀ ਹੋਈ, ਉਸਦੀ ਬਿਲਡਿੰਗ ਵੀ ਢਹਾ ਦਿੱਤੀ ਗਈ, ਪਰ ਜਿਨ੍ਹਾਂ ਦੇ ਘਰ ਸ਼ੀਸ਼ੇ ਦੇ ਹੋਣ ਉਹਨਾਂ ਨੂੰ ਦੂਜਿਆਂ ਦੇ ਘਰਾਂ 'ਚ ਪੱਥਰ ਨਹੀਂ ਮਾਰਨਾ ਚਾਹੀਦਾ। ਤੁਸੀਂ ਆਪ ਹੀ ਸੁਣੋ ਰਿਹਾਈ ਤੋਂ ਬਾਅਦ ਕੀ ਕਿਹਾ ਅਕਾਲੀ ਲੀਡਰ ਗੋਸ਼ਾ ਨੇ। ਬਿਲਕੁਲ, ਕਾਂਗਰਸ ਨੇ ਧੱਕੇਸ਼ਾਹੀ ਕੀਤੀ ਹੈ, ਉਹੀ ਜਿਹੜਾ ਪਾਪ ਪਹਿਲਾਂ ਕੀਤਾ ਸੀ, ਅੱਜ ਫਿਰ ਉਹਨਾਂ ਨੇ ਸਾਬਿਤ ਕੀਤਾ ਸੀ ਪੰਜਾਬੀ ਨੌਜਵਾਨਾਂ ਦੇ ਨਾਲ ਨਹੀਂ ਹੈ। ਅਤੇ ਇਹ ਮੈਂ ਸਮਝਦਾ ਕਿ ਕਾਂਗਰਸ ਦਾ ਅੰਤ ਆ ਚੁੱਕਾ। 25 ਤਰੀਕ ਨੂੰ ਦੇਖੋ, ਇੱਕ ਪੋਲੀਟੀਕਲ ਗੱਲ ਨਹੀਂ ਸੀਗੀ, ਪਰ ਇਹਨਾਂ ਨੇ ਪੋਲੀਟੀਕਲ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਮੈਂ ਸਾਰੇ ਸਮੁੱਚੇ ਭਾਈਚਾਰੇ ਨੂੰ ਬੇਨਤੀ ਕਰਾਂਗਾ, ਜਿਹੜਾ ਵੀ ਪਰਮਾਤਮਾ ਨੂੰ ਮੰਨਦਾ, ਚਾਹੇ ਹਿੰਦੂ ਭਾਈਚਾਰਾ, ਚਾਹੇ ਸਿੱਖ ਹੈ, ਚਾਹੇ ਈਸਾਈ ਹੈ, ਚਾਹੇ ਮੁਸਲਮਾਨ ਭਾਈਚਾਰਾ, ਸਾਰੇ ਇੱਕ ਮੇਕ ਹੋ ਕੇ ਰਹੋ। ਇਹਨਾਂ ਦੀ ਸਾਜ਼ਿਸ਼ 'ਚ ਨਾ ਫਸੋ, ਇਹ ਤੋੜਨਾ ਚਾਹੁੰਦੇ, ਅਸੀਂ ਪੰਜਾਬ ਨੂੰ ਤੋੜਨ ਨਹੀਂ ਦਿਆਂਗੇ। ਕੀ ਫਰਕ ਪੈਂਦਾ ਜੀ, ਜੇ ਇੱਕ ਬਿਲਡਿੰਗ ਤੋੜੀ ਆ, ਮੇਰੇ ਪਰਮਾਤਮਾ ਦੇ ਘਰ ਬਣਨਾ, ਇਹਦੇ 'ਚ ਕੱਚੀਆਂ ਬਿਲਡਿੰਗਾਂ। ਮੈਂ ਸਮਝਦਾ ਜਿਹਦੇ ਘਰ ਸ਼ੀਸ਼ੇ ਦੇ, ਉਹਨਾਂ ਨੂੰ ਪੱਥਰ ਨਹੀਂ ਮਾਰਨੇ ਚਾਹੀਦੇ ਬਸ।